हेलो एवरीवन, सत श्री अकाल सारिआं नूं। तुहाडा बहुत-बहुत स्वागत है अज दी क्लास। अज आपां करन जा रहे हां पंजाब स्कूल एजुकेशन बोर्ड दी 7वीं क्लास दी मैथ्स दी बुक ते उहदा दूजा चैप्टर फ्रैक्शंस इन डेसिमल्स। ते अज आपां डिस्कस करांगे इस चैप्टर दी एक्सरसाइज 2.2। पर एक्सरसाइज शुरू करन तों पहलां आपां इहदे विच जिहड़े रूल्स हैगे ने उह पढ़ लैंदे हां। इहदे विच आपां पढ़ांगे मल्टीप्लीकेशन ऑफ फ्रैक्शंस, यानी फ्रैक्शंस नूं किवें मल्टीप्लाई कीता जांदा। देखो आम तौर पर सानू पता है जे आपां लिखदे आ 4 मल्टीप्लाइड बाय 3, इहदे दो मतलब हुंदे ने। पहला 4 टाइम्स 4 बार 3, या जिहनू आपां इदां करके लिख सकदे आ 3 प्लस 3 प्लस 3 प्लस 3, आंसर 12 आएगा। या तुसीं लिख सकदे हो 3 टाइम्स 3 बार 4, जिहदा मतलब है 4 प्लस 4 प्लस 4 3 बार, आंसर 12 आऊगा। ठीक है, सिंपल हैगी है ये मल्टीप्लीकेशन। पर हुण मन लो सानू कहा गया है 2/9 नू मल्टीप्लाई करना है 4 दे नाल, तां इहदा मतलब की है कि 4 बार 2/9 आऊगा। आ देखो 1 2 3 4। हुण 2/9 दा मतलब की है कि एक डब्बा जिहड़ा 9 हिस्सियां दे विच वंडिया होया, उहदा जिहड़ा दूजा हिस्सा है आ देखो उह कलर्ड हैगा है, उह ऑक्यूपाइड हैगा है हर केस दे विच। ਤੇ ਅੱਗੇ ਜਦ ਆਪਾਂ ਟੋਟਲ ਕਰਦੇ ਆ ਤਾਂ ਕਿੰਨੇ ਡੱਬੇ ਭਰੇ ਹੋਏ ਨੇ? 1 2 3 4 5 6 7 8 8 ਭਰੇ ਹੋਏ ਨੇ। ਕਿੰਨੇ ਵਿੱਚੋਂ? 9 ਦੇ ਵਿੱਚੋਂ। ਜੇ ਤੁਸੀਂ ਐਲਸੀਐਮ ਲੈ ਕੇ ਵੀ ਇਹਨੂੰ ਸੋਲਵ ਕਰੋਗੇ, 4 ਮਲਟੀਪਲਾਈਡ ਬਾਈ 2/9 ਕੀ ਹੁੰਦਾ ਹੈ? 4 ਵਾਰ 2/9 ਨੂੰ ਐਡ ਕਰਤਾ, ਐਲਸੀਐਮ ਲਓਗੇ, ਥੱਲੇ ਡਿਨੋਮੀਨੇਟਰ 9 ਹੈਗਾ ਤਾਂ ਉੱਤੇ ਸੇਮ ਨੰਬਰ ਆ ਜਾਏਗਾ, ਐਡ ਕਰੋਗੇ 8/9 ਆ ਜਾਊਗਾ। ਠੀਕ ਹੈ, ਉਵੇ ਹੀ ਇੱਥੇ ਦੱਸਿਆ ਗਿਆ ਜੇ ਮੰਨ ਲਓ ਕਿਹਾ ਗਿਆ 4 ਮਲਟੀਪਲਾਈਡ ਬਾਈ 2/5, ਯਾਨੀ 4 ਵਾਰ 2/5, 2/5 4 ਵਾਰ 1 2 3 4, ਯਾਨੀ ਇੱਕ ਜਿਹੜਾ ਡਾਇਗ੍ਰਾਮ ਹੈਗਾ ਉਹ 5 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਤੁਸੀਂ ਕਿਵੇਂ ਵੀ 5 ਹਿੱਸੇ ਉਹਦੇ ਬਣਾ ਸਕਦੇ ਹੋ, ਜੇ ਚਾਹੋ ਇਦਾਂ ਵੀ ਬਣਾ ਸਕਦੇ ਹੋ। ਉਹਦੇ ਵਿੱਚੋਂ ਜਿਹੜਾ ਦੂਜਾ ਹਿੱਸਾ ਹੈਗਾ ਉਹ ਕਲਰਡ ਹੈਗਾ। ਇਹਨਾਂ ਨੂੰ ਜੇ ਆਪਾਂ ਐਡ ਕਰ ਦਾਂਗੇ ਤਾਂ ਕਿੰਨੇ ਹਿੱਸੇ ਭਰੇ ਹੋਏ ਹੋਗੇ? 1 2 3 4 5 6 7 8, ਇਹ 5 1, ਤੇ ਦੂਜੇ ਵਾਲੇ ਹਿੱਸੇ ਦੇ 3 ਹੋਰ, ਤਾਂ ਹੀ 8 ਬਣੂਗਾ ਨਾ। 5 + 3 8 ਹੋ ਗਿਆ। ਇਹਨੂੰ ਹੁਣ ਆਪਾਂ ਕਿਵੇਂ ਲਿਖ ਸਕਦੇ ਹਾਂ? ਇੱਕ ਹਿੱਸਾ ਪੂਰਾ ਦਾ ਪੂਰਾ ਇਹ ਵਾਲਾ, ਉਹਦੇ ਨਾਲ ਇਹ ਕਿੰਨਾ ਭਰਿਆ ਹੋਇਆ? 3 ਕਿੰਨੇ ਵਿੱਚੋਂ? 5 ਵਿੱਚੋਂ। ਜੇ ਤੁਸੀਂ ਐਲਸੀਐਮ ਲੈ ਕੇ ਸੋਲਵ ਕਰੋਗੇ ਤਾਂ ਵੀ ਇਹ ਆਏਗਾ, ਜੇ ਡਾਇਗ੍ਰਾਮਸ ਦੇ ਨਾਲ ਸੋਲਵ ਕਰੋਗੇ ਤਾਂ ਤੁਹਾਨੂੰ ਪਤਾ ਹੈ ਕਿਵੇਂ ਏ ਵਾਲੇ ਨੰਬਰ ਤੱਕ ਅਸੀਂ ਪਹੁੰਚਣਾ ਹੈ। ਠੀਕ ਹੈ ਜੀ, ਹੁਣ ਆਪਾਂ ਅੱਗੇ ਚੱਲਦੇ ਹਾਂ। ਫਰੈਕਸ਼ਨ ਐਜ਼ ਐਨ ਆਪਰੇਟਰ ਆਫ, ਕਹਿਣ ਦਾ ਮਤਲਬ ਜਿਵੇਂ ਕਿ ਹੈ 1/4 ਆਫ 1, ਇਹਦਾ ਮਤਲਬ ਕੀ ਹੈ? 1/4 ਮਲਟੀਪਲਾਈਡ ਬਾਈ 1। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ 1/4 ਹਿੱਸਾ 1 ਦਾ। ਸਿੰਪਲ, ਇਹਦਾ ਮਤਲਬ 1/4 ਹੀ ਹੋਇਆ ਨਾ, ਕਿਉਂਕਿ ਉੱਤੇ ਵਾਲੇ ਨੂੰ ਉੱਤੇ ਨਾਲ, ਥੱਲੇ ਵਾਲੇ ਨੂੰ ਥੱਲੇ ਨਾਲ। ਜੇ ਕਿਸੇ ਨਾਲ ਕੁਝ ਨਹੀਂ ਹੈਗਾ ਤਾਂ ਇਹਦਾ ਮਤਲਬ ਉਹਦੇ ਥੱਲੇ ਵੀ 1 ਹੈਗਾ। ਨਿਊਮੀਨੇਟਰ ਨਿਊਮੀਨੇਟਰ ਨਾਲ ਮਲਟੀਪਲਾਈ ਹੁੰਦਾ ਹੈ, ਡਿਨੋਮੀਨੇਟਰ ਡਿਨੋਮੀਨੇਟਰ ਨਾਲ। ਇਹਦੇ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਆਪਾਂ ਕਹਿ ਸਕਦੇ ਹਾਂ 1 ਹਿੱਸਾ ਜਿਹੜਾ ਉਹ ਭਰਿਆ ਹੋਇਆ ਕਿਹਦੇ ਵਿੱਚੋਂ? 4 ਹਿੱਸਿਆਂ ਵਿੱਚੋਂ। ਸੋ 3 ਸ਼ੇਡਡ ਪਾਰਟਸ, ਜੇ 3 ਪਾਰਟਸ ਸ਼ੇਡਡ ਹੈਗੇ ਨੇ ਤਾਂ ਮੈਂ ਕਹਿ ਸਕਦੀ ਹਾਂ 1/4 ਆਫ 3, 3 ਹਿੱਸਿਆਂ ਬਣਾਏ ਹੋਏ ਨੇ, ਉਹਦੇ ਵਿੱਚੋਂ ਇੱਕ ਇੱਕ ਹਿੱਸਾ ਜਿਹੜਾ ਹੈ ਉਹ ਸ਼ੇਡਡ ਹੈਗਾ। ਜੇ ਮੈਂ ਇਹਨੂੰ ਮਲਟੀਪਲਾਈ ਕਰਦੀ ਹਾਂ, 1/4 ਮਲਟੀਪਲਾਈਡ ਬਾਈ 3/1 ਹੋ ਗਿਆ, 3/4 ਆ ਗਿਆ, ਮਲਟੀਪਲਾਈ ਕਰਕੇ ਆ ਦੇਖੋ ਆ ਆ ਗਿਆ। ਠੀਕ ਹੈ ਨਾ, ਇਹਨੂੰ ਇਦਾਂ ਕਰਕੇ ਵੀ ਆਪਾਂ ਲਿਖ ਸਕਦੇ ਹਾਂ। ਤਾਂ ਆਪਾਂ ਆਬਜ਼ਰਵ ਇਹ ਕੀਤਾ ਹੈ ਆਫ ਦਾ ਮਤਲਬ, ਜੇ ਮੈਂ ਆਫ ਲਿਖਿਆ ਇਹਦਾ ਮਤਲਬ ਕੀ ਹੁੰਦਾ ਹੈ? ਮਲਟੀਪਲੀਕੇਸ਼ਨ ਹੀ ਹੁੰਦਾ ਹੈ। ਜਿਵੇਂ ਮੈਂ ਇੱਥੇ ਲਿਖ ਰਹੀ ਹਾਂ 3/4 ਆਫ 16, ਕਹਿਣ ਦਾ ਮਤਲਬ 3/4 ਮਲਟੀਪਲਾਈਡ ਬਾਈ 16, ਜਾਂ 3/4 ਮਲਟੀਪਲਾਈਡ ਬਾਈ 16/1। ਉੱਤੇ ਵਾਲੇ ਨੂੰ ਉੱਤੇ ਵਾਲੇ ਨਾਲ ਮਲਟੀਪਲਾਈ ਕਰਾਂਗੇ, ਉਹ ਹੋ ਗਿਆ 48, ਥੱਲੇ ਵਾਲੇ ਨੂੰ ਥੱਲੇ ਵਾਲੇ ਨਾਲ। ਹੁਣ ਦੇਖ ਲਓ 48 ਜਿਹੜਾ ਹੈਗਾ 4 ਦੇ ਟੇਬਲ ਵਿੱਚ ਆਉਂਦਾ ਹੈ। ਹਾਂਜੀ, 4 1s are 4, 4 2s are 8, ਇਹ ਪੂਰਾ ਦਾ ਪੂਰਾ ਡਿਵਾਈਡ ਹੋ ਗਿਆ, ਯਾਨੀ ਆਨਸਰ ਆ ਗਿਆ ਸਾਡੇ ਕੋਲ 12। ਹੁਣ ਜੇ ਇਹ ਵਾਲਾ ਸੋਲਵ ਕਰਨਾ ਹੈ, ਪਹਿਲਾਂ ਇਹਨੂੰ ਸੋਲਵ ਕਰੋਗੇ, 6 3s are 18, 18 ਦੇ ਵਿੱਚ 5 ਐਡ ਕਰ ਦੋ, ਹੋ ਗਿਆ 23/6।
मतलब 1/2 ऑफ 23/6 का मतलब 1/2 मल्टीप्लाइड बाय 23/6। वो तुसी वधिया तरीके दे नाल सॉल्व कर सकते हो। हुन आपां एक्सरसाइज ते चलदे हां ते देखदे हां भी ये साडे तो सॉल्व हुंदी है कि नहीं। पहला क्वेश्चन है गया मैच करना है। पहला इनू आपां लिख लेंदे हां, ए किन्ने हिस्से ने 1 2 3 4 5 पांच हिस्से ने दोनों दे विच, ते किन्ने कलर्ड हैगे ने एक दो दो कलर्ड हैगे ने दोनों विच, मतलब दो वार 2/5 हो गया 2/5, मतलब एक ही दे नाल मिल रहा है एदे नाल, इत्थे आ गया ए पार्ट। हुन ए वाला तीन हिस्से ने ते दो कलर्ड ने, किन्नी वार हैगे ने, ए हैगे ने जी तीन वार, 3 × 2/3 किते हैगा आ रहा, इत्थे आ गया जी बी पार्ट। सी पार्ट दे विच दो हिस्से हैगे ने पर हरेक हिस्सा अद्धा हैगा, अद्धा किन्नी वार हैगा, दो बार, 2 × 1/2 यानी ए आ गया सी पार्ट। डी पार्ट दे विच एक डायग्राम दे विच फिगर दे विच चार हिस्से ने एक कलर्ड है, ते किन्ने हे जे हैगे ने 1 2 3, 3 × 1/4 हो रहा जी, इत्थे आ गया डी पार्ट। सौखा हो गया, बिल्कुल सिंपल है सॉल्व करना। अगे के है मल्टीप्लाई होल नंबर टू अ फ्रैक्शन, ए होल नंबर है, इनू मल्टीप्लाई करना है फ्रैक्शन दे नाल, एंड रिड्यूस इट टू द लोएस्ट फॉर्म, कहने का मतलब जो डिवाइड होंगे उस तो बाद भी छोटा नंबर बनता है ओदे विच करना है, ऑल्सो कन्वर्ट इट इन टू अ मिक्सड फ्रैक्शन, तो फिर आंसर जोड़ा है जो नहीं भी डिवाइड होंगे तो मिक्सड फ्रैक्शन के क्ढना है। तो चलो शुरू करते हैं। सब तो पहला है 4 × 1/3। देखो सिंपल करन दे लिए मैं लिख दिंदी हाँ 4/1 × 1/3, उत्ते वाले नाल मल्टीप्लाई करो, थले वाले नाल, 4 × 1 = 4, 3 × 1 = 3। हुन पता है सानू 4 3 दे टेबल च नहीं आंदा, 3 4 दे टेबल च नहीं आंदा, इनू मिक्सड फ्रैक्शन च बदलना है, 4 गया अंदर 3 बाहर, 1 इत्थे आ गया, 3 × 1 = 3, 1 ए आ गया जी 3 थले, ए वाला उपर, ए वाला इधरले पासे, ए साडा आंसर हो गया। उवे ही बी पार्ट वाल चलते हैं, 11 × 4/7, इनू लिख सकते हैं 11/1 × 4/7 या 11 × 4, 7 × 1, इन्हों मल्टीप्लाई किया 44/7 आ गया। हुन 44 जिहड़ा 7 दे टेबल च तां आंदा नहीं, डिवाइड करते हैं 44 7, 7 6 = 42, 2 बच गया, मिक्स फ्रैक्शन दे विच आ गया, डिनोमिनेटर उदा दा उदा, थले वाला उपर, ए वाला साइड। सी पार्ट 3/4 × 6, 3/4 × 6/1, 3 × 6, 4 × 1, 6 3 = 18, डिवाइडेड बाय 4। हुन देखो एदी जे कटिंग करन दी कोशिश करिए, मतलब इनू रिड्यूस करन दी कोशिश करिए, तुसी समझो इक्के टेबल दे विच आना चाहिए है दोनों। हुन मैनू पता है 2 9 = 18 हुंदा है, ते दो दे टेबल दे विच ही 4 भी आंदा है ना, इक्को नंबर दे नाल कटना है, ता 2 9 = 18, 2 2 = 4, ए हो गया जी साडा सब तो छोटी फॉर्म दे विच सानू कहा गया सी भी लोएस्ट फॉर्म दे विच इनू कन्वर्ट करना है। हुन सानू पता है 9 जेड़ा है और 2 दे टेबल दे विच बिल्कुल नहीं आंदा, क्योंकि नहीं आंदा ऐसे करके हुन आपा इनू मिक्सड फ्रैक्शन दे विच बदल देंदे हां, 9 अंदर 2 बाहर, 2 4 = 8, 1 डिनोमिनेटर मिक्स फ्रैक्शन दे विच हो गया जी आहा, ठीक है लोएस्ट फॉर्म दे विच कन्वर्ट करना आ गया। अगे चलते हैं डी पार्ट वाल, 9/7 × 5, 9/7 × 5/1, 9 × 5, 7 × 1, 45/7, हुन 45 तो आंदा नहीं 7 दे टेबल दे विच, डिवाइड करते हैं 45 अंदर 7 बाहर, 7 6 = 42, माइनस कीता 3, आ गया जी मिक्सड फ्रैक्शन। पंजवा पार्ट 2 5/6 × 4, हुन इनू किदां सॉल्व करना है, सब तो पहला 6 × 2,
ओदे विच 5 ऐड कर दो, ओ हो गया जी साडे कोल 17, यानी 17 बाय 6 मल्टीप्लाइड बाय 4 बाय 1, 17 मल्टीप्लाइड बाय 4, 6 मल्टीप्लाइड बाय 1, ए आ गया जी साडे कोल 68 डिवाइडेड बाय 6। हुण देखो दोनों इवन नंबर हैगे ने, जिन्हां पिछे 0 2 4 6 8 लगता है ओह ईवन नंबर हुंदे ने, ते ओ दो दे टेबल दे नाल डिवाइड हो जांदे ने, दोनों दे दोनों दो दे टेबल च आ जाणगे। पहला सानू पता है 2 3 जार 6, इत्थे आ गया 3, किन्ने जार, इहनू डिवाइड कर दिंदे आ 2 दे नाल, 2 3 जार 6, 2 4 जार 8, यानी इत्थे आ गया 34, ए आ गया जी 34 बटा 3। ਹੁਣ ਸਾਨੂੰ ਇਹ ਪਤਾ ਹੈ 34 ਜਿਹੜਾ ਹੈਗਾ ਉਹ 3 ਦੇ ਟੇਬਲ ਦੇ ਨਾਲ ਪੂਰਾ ਪੂਰਾ ਡਿਵਾਈਡ ਨਹੀਂ ਹੁੰਦਾ, ਤੇ 34 ਬਾਈ 3 ਨੂੰ ਆਪਾਂ ਮਿਕਸਡ ਫ੍ਰੈਕਸ਼ਨ ਦੇ ਵਿੱਚ ਬਦਲਣਾ ਹੈ। 3 1s are 3, 3 ਫੇਰ 1s are 3, 1 ਬਚ ਗਿਆ, ਯਾਨੀ ਇਹ ਮਿਕਸਡ ਫ੍ਰੈਕਸ਼ਨ ਦੇ ਵਿੱਚ ਹੋ ਗਿਆ। 3 ਇੱਥੇ 1 ਉੱਪਰ, 11 ਆ ਗਿਆ ਸਾਈਡ ਤੇ, 11 1 ਬਾਈ 3। ਅੱਗੇ ਚੱਲਦੇ ਹਾਂ F part वाल, वो है गया 10 5 by 6 multiplied by 5। पहले ना नू सॉल्व कर लेंगे यार, 10 multiplied by 6 60, वो दे विच 5 ऐड कर दो, 65 हो गया, 65 बटा 6 multiplied by 5 बटा 1, 65 multiplied by 5 divided by 6 multiplied by 1, ਇਹਨਾਂ ਨੂੰ ਮਲਟੀਪਲਾਈ ਕੀਤਾ 325 ਡਿਵਾਈਡਡ ਬਾਈ 6 ਆ ਗਿਆ। ਠੀਕ ਹੈ, ਹੁਣ ਇਹਨੂੰ ਮਿਕਸਡ ਫ੍ਰੈਕਸ਼ਨ ਦੇ ਵਿੱਚ ਕਰਦੇ ਹਾਂ ਕਿਉਂਕਿ ਇਹ ਇਹਦੇ ਟੇਬਲ ਦੇ ਵਿੱਚ ਨਹੀਂ ਆਂਦਾ। ਡਿਵਾਈਡ ਕਰਕੇ 325 ਨੂੰ 6 ਦੇ ਨਾਲ ਆਪਾਂ ਡਿਵਾਈਡ ਕਰਨਾ ਹੈ। 6 5s are 30, 2 ਬਚ ਗਿਆ 5 ਥੱਲੇ, 6 4s are 24, 1 ਬਚ ਗਿਆ, ਯਾਨੀ ਮਿਕਸ ਫ੍ਰੈਕਸ਼ਨ ਦੇ ਵਿੱਚ ਹੋ ਗਿਆ 6 ਇਦਾਂ ਦਾ ਇਦਾਂ, 1 ਇੱਥੇ, 54 ਆ ਗਿਆ ਜੀ ਇੱਥੇ। ਅੱਗੇ ਚੱਲਦੇ ਆ ਜੀ ਪਾਰਟ, 5 ਮਲਟੀਪਲਾਈਡ ਬਾਈ 6 3 ਬਾਈ 4। ਪਹਿਲਾਂ ਇਹਨਾਂ ਦੋਨਾਂ ਨੂੰ ਸੋਲਵ ਕਰਾਂਗੇ, 6 4s are 24 plus 3 27, ਠੀਕ, 5 ਬਾਈ 1 ਮਲਟੀਪਲਾਈਡ ਬਾਈ 27 ਬਾਈ 4, 27 multiplied by 5, 4 multiplied by 1, multiply kita inanu a aa gaya 135 divided by 4, hune 4 de table de vich nahi aanda, mixed fraction de vich karke dekhde ha, 4 3s are 12, ek bach gaya 4, fir 3s are 12, 3 bach gaye, yani a aa gaya 33 3 by क्लियर मिक्स फ्रैक्शन। अगे एच पार्ट, 3 2 बाय 5 मल्टीप्लाइड बाय 8, 5 3 आर 15, ओदे विच 2 ऐड कर दो, 17 बटा 5 मल्टीप्लाइड बाय 8 बटा 1, 17 मल्टीप्लाइड बाय 8, 5 मल्टीप्लाइड बाय 1, ए आ गया 136 डिवाइडेड बाय 5। सानू पता है ਜੇ 5 ਦੇ ਨਾਲ ਡਿਵਾਈਡ ਹੋਣਾ ਹੈ ਤੇ ਨੰਬਰ ਦੇ ਅਖੀਰ ਦੇ ਵਿੱਚ 0 ਜਾਂ 5 ਆਣਾ ਚਾਹੀਦਾ, ਇੱਥੇ ਤਾਂ ਆ ਨਹੀਂ ਰਿਹਾ, ਮਿਕਸਡ ਫ੍ਰੈਕਸ਼ਨ ਦੇ ਵਿੱਚ ਕਰ ਦਿੰਦੇ ਆ, 5 2s are 10, 5 7s are 35, 1 ਬਚ ਗਿਆ, ਮਿਕਸਡ ਫ੍ਰੈਕਸ਼ਨ ਦੇ ਵਿੱਚ ਆ ਗਿਆ ਜੀ ਆ ਵਾਲਾ। ਠੀਕ ਹੈ, ਸਿੰਪਲ ਹੈ, ਸੌਖਾ ਹੈ ਕਰਨਾ, ਸਮਝ ਆ ਗਿਆ। ਅੱਗੇ ਚੱਲਦੇ ਆ ਤੀਜਾ ਕੁਐਸਚਨ, ਇੱਥੇ ਵੀ ਸੋਲਵ ਕਰਨ ਲਈ ਕਿਹਾ ਗਿਆ, ਚਲੋ ਕਰਦੇ ਆ। 1 by 2 of 46, ਧਿਆਨ ਨਾਲ ਲਿਖਿਓ, ਆਫ ਦਾ ਮਤਲਬ ਸਾਨੂੰ ਪਤਾ ਹੈ ਕੀ ਹੁੰਦਾ ਹੈ, ਮਲਟੀਪਲੀਕੇਸ਼ਨ, 1 by 2 multiplied by 46, ਜੇ ਆਪਾਂ ਲਿਖ ਸਕਦੇ ਹਾਂ 1 by 2 multiplied by 46 ਬਟਾ 1, ਐਦਾਂ ਵੀ 46 ਬਟਾ 2, ਇਹ ਡਿਵਾਈਡ ਹੁੰਦਾ ਹੈ 2 ਦੇ ਟੇਬਲ ਦੇ ਨਾਲ, ਬਿਲਕੁਲ, ਕਿਉਂਕਿ ਪਿੱਛੇ 6 ਆ ਰਿਹਾ ਹੈ, 2 2s are 4, 2 3s are 6, ए आ गया जी 23 साढ़े को आंसर। उवे ही बी पार्ट, 2 by 3
ऑफ 27, यानी 2/3 मल्टीप्लाइड बाय 27/1, 27 मल्टीप्लाइड बाय 2 करके देख दें, 54/3 हुने नू डिवाइड करना है, 54 नू 3 दे नाल, ये आ गया जी 18। वैसे थानू एक ट्रिक दसदी हां, जे एहे जी सिचुएशन है ना जिवें 2/3 मल्टीप्लाइड बाय 27, एदां करके सिचुएशन है भी एदां है तां इहनां दी आपस दे विच कटिंग हो जांदी है, मतलब 3 दे नाल सीधा सीधा तुसीं कट सकदे हो। इत्थे आ गया साडे कोल 9s ते इहनां दोनां नू मल्टीप्लाई कर दो, 18 आ जाऊ। मान लो मैं थानू एक क्वेश्चन दिंदी हां, 2/4 मल्टीप्लाइड बाय 16, तुसी इहदा आंसर दसो सिंपलीफाई करके भी किन्ना आऊगा। एदां ना करियो पूरे स्टेप नाल, साइड ते देखियो कटिंग हुंदी है या नहीं हुंदी। अगे चलदे हां जी सी पार्ट, 1/3 ऑफ 36। देखो दो तरीके, एक ता हैगा 1/3 मल्टीप्लाइड बाय 36, मैनूं पता है इहनां दोनां दी कटिंग हो जाएगी, 36 नूं 3 दे नाल, 3 1s are 3, 3 2s are 6, ये आ गया जी 12 मल्टीप्लाइड बाय 1, 12। एक ता तरीका हो गया। दूजा तरीका, 1/3 मल्टीप्लाइड बाय 36/1, 36 नू 3 दे नाल डिवाइड करो, आंसर थोड़े को फिर भी 12 ही आऊगा। डी पार्ट, 3/4 ऑफ 16, ध्यान नाल 3/4 मल्टीप्लाइड बाय 16, ਇਦਾਂ ਕਟਿੰਗ ਹੋ ਜੂਗੀ, 4 1s are 4, 4 4s are 16, 12। ਦੂਜਾ ਤਰੀਕਾ, 3/4 ਮਲਟੀਪਲਾਈਡ ਬਾਈ 16/1, 16 ਮਲਟੀਪਲਾਈਡ ਬਾਈ 3, 4 ਮਲਟੀਪਲਾਈਡ ਬਾਈ 1, ਇਹੀ ਹੋਏਗਾ। 16 ਨੂੰ 3 ਦੇ ਨਾਲ ਮਲਟੀਪਲਾਈ ਕੀਤਾ, 48/4, 48 ਨੂੰ 4 ਦੇ ਨਾਲ ਡਿਵਾਈਡ ਕਰੋ, 4 1s are 4, 4 2s are 8, ਇਹ ਆ ਗਿਆ ਜੀ 12 ਸਾਡੇ ਕੋਲ। ਉਹੀ ਤਰੀਕਾ ਹੈਗਾ, ਦੋ ਦੋ ਅਲੱਗ ਅਲੱਗ ਤਰੀਕੇ ਹੈਗੇ ਨੇ, ਬਸ ਤੁਸੀਂ ਸੋਲਵ ਕਰਨਾ। ਅਗਲਾ 5/7 ਆਫ 35, ਫਿਰ ਦੋ ਤਰੀਕੇ, 5/7 ਮਲਟੀਪਲਾਈਡ ਬਾਈ 35, 7 5s are 35, 1 ਆ ਗਿਆ, 5 ਆ ਗਿਆ, 5 5s are 25। ਦੂਜਾ ਤਰੀਕਾ, 5/7 ਮਲਟੀਪਲਾਈਡ ਬਾਈ 35/1, ਠੀਕ ਹੈ। ਹੁਣ ਜੇ ਤੁਸੀਂ ਮਲਟੀਪਲਾਈ ਕਰੋਗੇ ਪਹਿਲਾਂ ਫੇਰ ਡਿਵਾਈਡ ਕਰੋਗੇ, ਉਹ ਲੰਬਾ ਹੋ ਜਾਊਗਾ। ਇਹ ਆ ਗਿਆ 175 ਡਿਵਾਈਡਡ ਬਾਈ 7, ਇਹਨੂੰ ਡਿਵਾਈਡ ਕਰੋਗੇ ਜੇ ਤੁਸੀਂ ਤਾਂ ਆਨਸਰ ਤੁਹਾਡੇ ਕੋਲ 25 ਹੀ ਆਊ। ਅੱਗੇ ਚੱਲਦੇ ਹਾਂ, ਸ਼ੇਡ ਕਰਨਾ ਹੈ ਆਪਾਂ 1/3 ਆਫ ਅ ਰੈਕਟੈਂਗਲ ਇਨ ਬਾਕਸ ਏ। ਇਹ ਬਾਕਸ ਏ ਦਿੱਤਾ ਹੋਇਆ, ਇਹਦਾ 1/3 ਜਿਹੜਾ ਹਿੱਸਾ ਹੈਗਾ ਉਹ ਤੁਸੀਂ ਸ਼ੇਡ ਕਰਨਾ। ਹੁਣ ਤੁਸੀਂ ਸੋਚ ਪੈ ਗਏ ਹੋਣੇ ਵੀ ਇਹ ਤਾਂ 1/3 ਤਾਂ ਇਦਾਂ ਹੋਊਗਾ ਜੀ, ਆ ਬਣਿਆ ਹੋਣਾ ਚਾਹੀਦਾ, ਇਦਾਂ ਕਰਕੇ ਸ਼ੇਡ ਕਰਨਾ ਚਾਹੀਦਾ। ਨਹੀਂ, ਹੁਣ ਟੈਨਸ਼ਨ ਨਾ ਲਓ, ਮੈਂ ਸਮਝਾ ਰਹੀ ਹਾਂ, ਧਿਆਨ ਨਾਲ ਦੇਖੋ। ਪਹਿਲਾਂ ਦੇਖਦੇ ਹਾਂ ਇਹਦੇ ਵਿੱਚ ਕਿੰਨੇ ਡੱਬੇ ਨੇ, 1 2 3 4 5 6 7 8 9, 9 ਡੱਬੇ ਨੇ, ਯਾਨੀ ਸਾਨੂੰ ਇੱਥੇ ਥੱਲੇ 9 ਲੈ ਕੇ ਆਣਾ। 3 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ ਮੇਰੇ ਕੋਲ ਆਨਸਰ 9 ਆ ਜਾਏ, 3 ਦੇ ਨਾਲ। ਚਲੋ ਮੈਂ ਇਦਾਂ ਕਰਦੀ ਹਾਂ, 1/3 ਹੈਗਾ, ਇਹਨੂੰ ਉੱਤੇ ਵੀ 3 ਦੇ ਨਾਲ, ਥੱਲੇ ਵੀ 3 ਦੇ ਨਾਲ ਮਲਟੀਪਲਾਈ ਕਰ ਦਿੰਦੀ ਹਾਂ, ਤਾਂ ਕਿ ਕੋਈ ਫਰਕ ਨਾ ਪਏ ਇਕੁਏਸ਼ਨ ਦੇ ਵਿੱਚ। ਉੱਤੇ ਥੱਲੇ ਸੇਮ ਨੰਬਰ ਦੇ ਨਾਲ ਮਲਟੀਪਲਾਈ ਕਰਨਾ ਹੈ। ਇਹ ਹੋ ਗਿਆ ਜੀ 3/9, ਹੁਣ ਆ ਗਿਆ 9, ਉਹਦਾ 3 ਡੱਬੇ ਜਿਹੜੇ ਨੇ ਉਹ ਕਲਰਡ ਹੋਣੇ ਚਾਹੀਦੇ ਨੇ। ਆ ਦੇਖੋ 1, ਤੁਸੀਂ ਚੰਗੀ ਤਰ੍ਹਾਂ ਭਰ ਲਿਓ, 2 ਤੇ 3, ਸਿੰਪਲ ਹੋ ਗਿਆ, ਸੌਖਾ। ਉਵੇਂ ਹੀ ਇੱਥੇ ਤੁਸੀਂ ਦੇਖ ਰਹੇ ਹੋ 1 2 3 4 5 6 ਡੱਬੇ ਨੇ, ਇੱਥੇ 3 ਦੱਸਿਆ ਹੋਇਆ, ਯਾਨੀ 3 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ 6 ਆ ਜਾਏ, 2 ਦੇ ਨਾਲ ਕਰਦਾ। ਚਲੋ 2/3, ਉੱਤੇ ਵੀ 2 ਦੇ ਨਾਲ, ਥੱਲੇ ਵੀ 2 ਦੇ ਨਾਲ, ਇਹ ਹੋ ਗਿਆ 4/6, ਯਾਨੀ ਇਹਦੇ ਵਿੱਚੋਂ 4 ਜਿਹੜੇ ਡੱਬੇ ਨੇ ਉਹ ਤੁਸੀਂ ਕਲਰ ਕਰ ਦਿਓ 6 ਦੇ ਵਿੱਚੋਂ, ਉਹੀ ਇਕੁਏਸ਼ਨ ਵਾਪਸ ਆ ਜਾਊ। ਹੁਣ ਇਹ ਵਾਲਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ, ਇਹਦਾ ਆਨਸਰ ਮੈਂ ਨਹੀਂ ਦੱਸਾਂਗੀ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੀ ਕਿਹਦੇ ਨਾਲ ਮਲਟੀਪਲਾਈ ਕੀਤਾ, ਠੀਕ ਹੈ।
ਤੇ ਕਿੰਨੇ ਡੱਬੇ ਇਹਦੇ ਵਿੱਚ ਤੁਸੀਂ ਭਰੇ ਨੇ ਕਲਰ ਕੀਤੇ। ਅੱਗੇ ਸਵਾਲ ਹੈਗੇ, ਰਾਹੁਲ ਅਰਨਸ ਇੰਨੇ ਪੈਸੇ ਪਰ ਮੰਥ, 1 ਮਹੀਨੇ ਦੇ ਵਿੱਚ ਉਹ ਇੰਨੇ ਪੈਸੇ ਕਮਾਉਂਦਾ ਹੈ। ਹੀ ਸਪੈਂਡਸ ਇੰਨਾ ਆਫ ਹਿਸ ਇਨਕਮ ਐਵਰੀ ਮੰਥ, ਤੇ ਉਹਦੇ ਵਿੱਚੋਂ ਇੰਨਾ ਜਿਹੜਾ ਹਿੱਸਾ ਹੈਗਾ ਇਸ ਇਨਕਮ ਦਾ, ਇੰਨਾ ਹਿੱਸਾ ਉਹ ਖਰਚ ਦਿੰਦਾ ਹੈ ਐਂਡ ਸੇਵਸ ਦ ਰੈਸਟ ਆਫ ਹਿਸ ਅਰਨਿੰਗ, ਤੇ ਬਾਕੀ ਜਿੰਨੀ ਬਚਦੀ ਹੈ ਉਹ ਸੇਵ ਕਰ ਲੈਂਦਾ ਹੈ। ਫਾਈਂਡ ਹਿਸ ਮੰਥਲੀ ਸੇਵਿੰਗ ਕਿੰਨੀ ਹੈਗੀ ਹੈ। ਹੁਣ ਤੁਸੀਂ ਧਿਆਨ ਦੇਣਾ ਹੈ ਕਿਵੇਂ ਸੋਲਵ ਕਰਨਾ ਹੈ। ਇੱਥੇ ਮੈਂ ਲਿਖ ਰਹੀ ਹਾਂ ਰਾਹੁਲ ਅਰਨਿੰਗ ਪਰ ਮੰਥ, ਆਏ ਮਹੀਨੇ ਕਿੰਨਾ ਕਮਾਉਂਦਾ ਹੈ, ਰੁਪੀਸ ਲਿਖਣਾ ਜ਼ਰੂਰੀ ਹੈ, ਇੰਨੇ ਰੁਪਏ। ਹੀ ਸਪੈਂਡਸ 3/4 ਆਫ ਕਿਹਦਾ, ਇਹਦਾ, ਅਜੇ ਵੀ ਰੁਪਏ ਲਾਤਾ ਨਾਲ, 3/4 ਹਿੱਸਾ ਇਹਦਾ ਖਰਚ ਕਰਦਾ ਹੈ ਨਾ, ਕੱਢ ਲੈਂਦੇ ਆ ਕਿੰਨਾ ਹੋ ਗਿਆ। ਦੇਖੋ ਇਹਦੀ ਸਿੱਧਾ ਸਿੱਧਾ ਕਟਿੰਗ ਹੁੰਦੀ ਦਿਖਾਈ ਦੇ ਰਹੀ ਹੈ ਮੈਨੂੰ, 4/4000 ਨੂੰ 4 ਦੇ ਨਾਲ ਡਿਵਾਈਡ ਕੀਤਾ, 4 1s are 4, 4 1s are 4, ਬਾਕੀ 0 0 0 ਇਦਾਂ ਦੇ ਦਿੱਤਾ, ਇਹ ਆ ਗਿਆ ਜੀ 1 1 0 0 0, ਮਲਟੀਪਲਾਈ ਕੀਤਾ 3 3 0 0 0 ਆ ਗਿਆ। ਹੁਣ ਇੰਨੇ ਉਹ ਖਰਚਦਾ ਹੈ, ਸਪੈਂਡ ਕਰਦਾ ਹੈ, ਸਾਨੂੰ ਇਹ ਪੁੱਛਿਆ ਗਿਆ ਕਿ ਕਿੰਨਾ ਸੇਵ ਕਰਦਾ ਹੈ ਹਿਸ ਸੇਵਿੰਗਸ, ਤਾਂ ਆਪਾਂ ਟੋਟਲ ਦੇ ਵਿੱਚੋਂ ਮਾਈਨਸ ਕਰ ਦਾਂਗੇ ਜਿੰਨਾ ਉਹ ਖਰਚਦਾ ਹੈ, ਇਹ ਆ ਗਿਆ ਜੀ ਇਹ ਵਾਲਾ। ਜੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਸਮਝ ਆ ਗਿਆ ਮੈਨੂੰ ਯੈਸ ਜ਼ਰੂਰ ਲਿਖ ਕੇ ਦਿਓ। ਅੱਗੇ ਚੱਲਦੇ ਹਾਂ, ਦ ਕੋਸਟ ਆਫ ਅ ਬੁੱਕ ਇਜ਼ ਇੰਨੀ, ਇੱਕ ਕਿਤਾਬ ਦੀ ਕੀਮਤ ਇੰਨੀ ਹੈਗੀ ਹੈ, ਫਾਈਂਡ ਦ ਕੋਸਟ ਆਫ 8 ਬੁੱਕਸ, ਵੀ 8 ਕਿਤਾਬਾਂ ਦੀ ਕਿੰਨੀ ਕੀਮਤ ਹੋਏਗੀ, ਮਲਟੀਪਲਾਈ ਕਰਦਾ ਨਾ ਸਾਨੂੰ, ਸਿੰਪਲ ਹੈ। ਦੇਖੋ ਇੱਦਾਂ ਸਟੇਟਮੈਂਟ ਲਿਖਣੀ ਜ਼ਰੂਰੀ ਹੈ, ਕੋਸਟ ਆਫ 1 ਬੁੱਕ, ਇੱਕ ਕਿਤਾਬ ਦੀ 1 1 7 1/2, ਇਹਨੂੰ ਤੁਸੀਂ ਲਿਖ ਸਕਦੇ ਹੋ 1 1 7 ਨੂੰ ਮਲਟੀਪਲਾਈ ਕੀਤਾ 2 ਦੇ ਨਾਲ, 2 3 4, ਉਹਦੇ ਵਿੱਚ 1 ਐਡ ਕਰ ਦੋ, 2 3 5/2, ਇੰਨੇ। ਹੁਣ ਕੋਸਟ ਆਫ 8 ਬੁੱਕਸ, 8 ਕਿਤਾਬਾਂ ਦੀ ਕਿੰਨੀ ਹੋਏਗੀ, 8 ਨੂੰ ਮਲਟੀਪਲਾਈ ਕਰ ਦੋ ਇਹਦੇ ਨਾਲ, ਸਾਨੂੰ ਪਤਾ ਇਹਦੀ ਕਟਿੰਗ ਹੋ ਜਾਏਗੀ। ਇਹ ਆ ਗਿਆ ਜੀ 940 ਰੁਪੀਸ, ਸਿੰਪਲ, ਠੀਕ ਹੈ, ਸੌਖਾ ਹੈ। ਏਦਾਂ ਹੀ ਅਗਲਾ ਸਵਾਲ, ਮਲਟੀਪਲ ਚੋਇਸ ਕੁਐਸਚਨਸ ਹੈਗੇ ਨੇ, 1/2 ਮਲਟੀਪਲਾਈਡ ਬਾਈ 8, ਜਾਂ ਤਾਂ ਤੁਸੀਂ ਇਹਨੂੰ ਲਿਖ ਲਓ 8/2 ਤੇ ਫਿਰ ਇਹਦੀ ਕਟਿੰਗ ਕਰ ਦੋ ਡਿਵਾਈਡ ਕਰਕੇ 4 ਆ ਜਾਊਗਾ, ਜਾਂ ਸਿੱਧਾ ਇੱਥੇ ਹੀ ਕਟਿੰਗ ਕਰ ਦੋ, ਆਨਸਰ 4 ਆਊਗਾ, ਦੇਖਦੇ ਹਾਂ ਆ ਰਿਹਾ। 3/2 ਆਫ 16, ਯਾਨੀ 3/2 ਮਲਟੀਪਲਾਈਡ ਬਾਈ 16, ਕਟਿੰਗ ਕਰ ਦਿੰਦੇ ਆ, 2 1s are 2, 2 8s are 16, 3 8s are 24 ਆ ਰਿਹਾ। ਵਾਟ ਫ੍ਰੈਕਸ਼ਨ ਆਫ ਐਨ ਆਰ ਇਜ 40 ਮਿੰਟਸ, 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਨੇ, 60, ਉਹਦੇ ਵਿੱਚੋਂ 40 ਕਿੰਨਾ ਫ੍ਰੈਕਸ਼ਨ ਹੈਗਾ, ਡਿਵਾਈਡ ਕਰਨਾ ਇਹਨਾਂ ਨੂੰ, 0 ਵਿੱਚੋਂ 0 ਗਿਆ, ਇਹ ਬਚ ਗਿਆ 4/6, ਇਹ 2 ਦੇ ਟੇਬਲ ਨਾਲ ਚਲਾ ਜਾਊਗਾ, 2s are 3s are, ਯਾਨੀ ਇਹ ਆਏਗਾ ਜੀ ਸਾਡੇ ਕੋਲ 2/3 ਆ ਰਿਹਾ। ਜੇ ਮੈਂ ਪੁੱਛਾਂ ਵਾਟ ਫ੍ਰੈਕਸ਼ਨ ਆਫ ਐਨ ਆਰ ਇਜ 50 ਮਿੰਟਸ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਆਨਸਰ ਕੀ ਆਏਗਾ ਤੁਹਾਡੇ ਕੋਲ, 50 ਮਿੰਟ 1 ਘੰਟੇ ਵਿੱਚੋਂ ਕਿੰਨਾ ਫ੍ਰੈਕਸ਼ਨ ਹੈਗਾ, ਇਸ ਫ੍ਰੈਕਸ਼ਨ ਨੂੰ ਆਪਾਂ ਰੀਪ੍ਰੈਜ਼ੈਂਟ ਕਰਨਾ ਹੈ, ਟੋਟਲ ਕਿੰਨੇ ਹਿੱਸੇ ਨੇ, 1 2 3 4, ਭਰੇ ਕਿੰਨੇ ਹੋਏ ਨੇ, 3, ਇਹ ਆ ਗਿਆ ਜੀ ਆਨਸਰ। ਮੈਨੂੰ ਲੱਗਦਾ ਹੈ ਹੁਣ ਤੱਕ ਤੁਹਾਨੂੰ ਮਲਟੀਪਲੀਕੇਸ਼ਨ ਜਿਹੜੀ ਹੈ ਫ੍ਰੈਕਸ਼ਨਸ ਦੀ ਉਹ ਸਮਝ ਆ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਆਪਾਂ ਫੇਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।